ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰੋਫੈਸਰ ਲਾਭ ਸਿੰਘ ਇੱਕ ਵਾਰੀ ਫੇਰ ਵਰਬਲ ਰੀਜ਼ਨਿੰਗ ਲੈ ਕੇ ਤੁਹਾਡੇ ਤੱਕ ਪਹੁੰਚਿਆ। ਹੋਪ ਤੁਹਾਨੂੰ ਪਹਿਲਾਂ ਵਾਲੇ ਵੀ ਆਪਣੇ ਲੈਕਚਰ ਐਂਡ ਵੀਡੀਓਜ਼ ਵਧੀਆ ਲੱਗੇ ਹੋਣਗੇ ਰਾਜੇ। ਅੱਛਾ ਲੱਗਿਆ ਤਾਂ ਪਲੀਜ਼ ਇੱਕ ਛੋਟੀ ਜਿਹੀ ਰਿਕੁਐਸਟ ਸੀਗੀ, ਮਾਈਲਸਟੋਨ ਔਨਲਾਈਨ ਸਟੱਡੀ ਦੇ ਨਾਮ 'ਤੇ ਆਪਣਾ ਜੋ ਯੂਟਿਊਬ ਦੇ ਉੱਤੇ ਚੈਨਲ ਬਣਾਇਆ ਗਿਆ, ਪਲੀਜ਼ ਉਹਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਉਹਦੇ ਵਿੱਚ ਟਰਾਈ ਕਰ ਰਹੇ ਹਾਂ ਰਾਜੇ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬੀ ਦੇ ਵਿੱਚ ਪਿਓਰਲੀ ਸਾਰੇ ਪੇਪਰਾਂ ਦੀ ਤਿਆਰੀ ਕਰਵਾਈ ਜਾਵੇ, ਹੈ ਨਾ। ਇੱਕ ਟੱਚ ਦੇ ਵਿੱਚ ਰਹਿਣਾ, ਵੀਡੀਓਜ਼ ਦੇਖਦੇ ਰਹਿਣਾ ਪਲੀਜ਼। ਇੰਨਾ ਕੰਮ ਤੁਹਾਡਾ ਵੀਡੀਓ ਦੇਖਣੀ ਅਤੇ ਯਾਦ ਕਰਵਾਉਣ ਤੱਕ ਦੀ ਰਿਸਪੋਂਸੀਬਿਲਟੀ ਵੀ ਸਾਡੀ ਹੋਏਗੀ। ਜਿਹੜਾ ਆਪਾਂ ਟਾਰਗੇਟ ਲੈ ਕੇ ਚੱਲੇ ਹਾਂ ਰੀਜ਼ਨਿੰਗ ਦੇ ਵਿੱਚ ਕਿ 5 ਤੋਂ 10 ਸੈਕਿੰਡ ਦੇ ਵਿੱਚ ਆਪਣੇ ਕੁਐਸਚਨ ਸੋਲਵ ਕਰਨਾ, ਇਹ ਆਪਣਾ ਟਾਰਗੇਟ ਲੈ ਕੇ ਚੱਲੇ ਹਾਂਗੇ। ਉਹਦੇ ਵਿੱਚ ਨਾ ਜਦੋਂ ਤੁਹਾਨੂੰ ਯੂਟਿਊਬ ਵੀਡੀਓ ਦਿੱਤੀਆਂ ਜਾਣਗੀਆਂ ਰਾਜੇ, ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਕੁਛ ਲਿੰਕ ਵੀ ਦਿੱਤੇ ਗਏ ਕਿ ਜਿਹਦੇ 'ਚ ਸਾਨੂੰ ਕੁਐਸਚਨਾਂ ਦੇ ਲਈ ਸ਼ੀਟਸ ਦਿੱਤੀਆਂ ਜਾਣਗੀਆਂ। ਵਟਸਐਪ ਦੇ ਗਰੁੱਪ ਬਣਾਏ ਗਏ ਨੇ, ਟੈਲੀਗ੍ਰਾਮ ਦੇ ਚੈਨਲ ਵੀ ਹੈਗੇ ਨੇਗੇ, ਸੋ ਪਲੀਜ਼ ਟੱਚ ਦੇ ਵਿੱਚ ਰਹਿਣਾ ਨਾਲ ਨਾਲ। ਹੁਣ ਆਪਾਂ ਕਰ ਰਹੇ ਹਾਂ ਜਿਹੜਾ ਆਪਣਾ ਟੋਪਿਕ ਚੱਲ ਰਿਹਾ ਡਾਇਰੈਕਸ਼ਨਸ। ਡਾਇਰੈਕਸ਼ਨਸ ਦਾ ਰਾਜੇ ਇਹ ਸੈਕਿੰਡ ਪਾਰਟ ਕਹਿ ਸਕਦੇ ਹਾਂ ਆਪਾਂ। ਇਹਦੇ ਵਿੱਚ ਨਾ 7-8 ਟਾਈਪਸ ਹੋਣਗੀਆਂ ਆਪਣੇ ਕੋਲ, ਅਲੱਗ ਅਲੱਗ 7-8 ਟਾਈਪ ਦੇ ਕੁਐਸਚਨ ਹੋਣਗੇ। ਮੈਂ ਟਰਾਈ ਕਰਦਾ ਜਿੰਨੀਆਂ ਆਪਾਂ ਜਿਹੜਾ ਹੈਗਾ ਸ਼ੋਰਟ ਐਂਡ ਤੁਹਾਨੂੰ ਵਧੀਆ ਜਿਹਾ ਹੈਗਾ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ। ਹੁਣ ਆਪਣੇ ਕੋਲ ਕੀ ਸਿਸਟਮ ਹੈ, ਜੋ ਇਹਦੇ ਵਿੱਚ ਕੁਐਸਚਨ ਆਇਆ ਹੋਇਆ ਹੈਗਾ, ਪਹਿਲਾਂ ਇਹਦੇ 'ਚ ਟਾਈਪ ਕੀਤਾ ਕੁਐਸਚਨ ਡਾਇਰੈਕਸ਼ਨ ਦੇ ਵਿੱਚ ਕੀ ਹੈ, ਕਹਿੰਦਾ ਇਫ ਏ ਇਜ਼ ਟੂ ਦਾ ਸਾਊਥ ਆਫ ਬੀ। ਮੈਂ ਨਾ ਆਹ ਲਾਈਨ ਨੂੰ ਹਾਈਲਾਈਟ ਕਰਕੇ ਦੁਬਾਰਾ ਲਿਖਿਆ ਰਾਜੇ, ਸਿਰਫ ਇਸ ਵਾਸਤੇ ਕਿ ਬੱਚਿਆਂ ਦੀ ਨਾ ਡਿਮਾਂਡ ਹੈ ਸਪੈਸ਼ਲ ਪੰਜਾਬੀ ਵਾਸਤੇ। ਮੈਂ ਨਾ ਲਾਈਨ ਦੀ ਪੰਜਾਬੀ ਸਮਝਾਉਣ ਵਾਸਤੇ ਇਹਨੂੰ ਪੜ੍ਹਨਾ ਕਿਵੇਂ ਆਪਾਂ ਨੇ, ਸਟੇਟਮੈਂਟ ਪੜ੍ਹਨ ਦੇ ਵਿੱਚ ਵੀ ਨਾ ਗਲਤੀ ਹੋ ਜਾਵੇ ਆਪਣੇ ਤੋਂ, ਇਸ ਚੀਜ਼ ਨੂੰ ਕਿਵੇਂ ਅਪਡੇਟ ਕਰਨਾ ਆਪਾਂ ਧਿਆਨ ਰੱਖਿਓ। ਆਹੀ ਲਾਈਨ ਨੂੰ ਮੈਂ ਦੁਬਾਰਾ ਲਿਖਿਆ ਗ੍ਰੀਨ ਦੇ ਵਿੱਚ, ਚੈੱਕ ਕਰਿਓ ਇਹਨੂੰ ਪੜ੍ਹਨ ਦਾ ਕੀ ਤਰੀਕਾ। ਕਹਿੰਦਾ ਇਫ ਏ ਇਜ਼ ਟੂ ਦਾ ਸਾਊਥ ਆਫ ਬੀ। ਇੱਥੇ ਨਾ ਬੱਚੇ ਕਨਫਿਊਜ਼ ਹੋ ਜਾਂਦੇ ਆ ਵੀ ਕੌਣ ਕਿਹਦੇ ਸਾਊਥ 'ਚ ਹੈ, ਏ ਬੀ ਦੇ ਸਾਊਥ 'ਚ ਹੈ ਕਿ ਬੀ ਏ ਦੇ ਸਾਊਥ 'ਚ ਹੈ। ਸਭ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਨਾ ਨਾ, ਇਸ ਲਾਈਨ ਨੂੰ ਪੜ੍ਹਨ ਤੋਂ ਪਹਿਲਾਂ ਡਾਇਰੈਕਸ਼ਨ ਦਾ ਕੋਈ ਵੀ ਕੁਐਸਚਨ ਆਉਂਦਾ, ਇੱਕ ਨਾ ਡਾਇਰੈਕਸ਼ਨ ਚਾਰਟ ਜ਼ਰੂਰ ਬਣਾ ਲੈਣਾ ਗਾ ਕਿ ਕਿਹੜੀ ਡਾਇਰੈਕਸ਼ਨ ਕਿੱਧਰ ਪੈਂਦੀ ਹੈ। ਜਸਟ ਦੇਖਿਓ ਕਿਵੇਂ ਬਣਾਉਣਾ ਆਪਾਂ ਨੇ, ਇੱਕ ਪਲੱਸ ਦਾ ਨਿਸ਼ਾਨ ਮਾਰ ਕੇ ਨਾ ਇਸ ਤਰ੍ਹਾਂ ਨਿਊਜ਼ ਲਿਖਣਾ ਤੁਸੀਂ, ਇਹਨੂੰ ਉੱਪਰ ਨਹੀਂ ਲਿਖਣਾ, ਇਹਦਾ ਸਮਝਾਉਣ ਵਾਸਤੇ ਇੱਥੋਂ ਸ਼ੁਰੂ ਕਰਨਾ। ਦੇਖੋ ਐਨ ਈ ਡਬਲਯੂ ਐਸ ਨਿਊਜ਼, ਐਨ 'ਤੇ ਨੌਰਥ ਜਿਹਨੂੰ ਆਪਾਂ ਉੱਤਰ ਕਹਿ ਦਿੰਦੇ ਹਾਂ, ਈ 'ਤੇ ਈਸਟ ਜਿਹਨੂੰ ਆਪਾਂ ਪੂਰਬ ਕਹਿ ਦਿੰਦੇ ਹਾਂ, ਡਬਲਯੂ 'ਤੇ ਵੈਸਟ ਜਿਹਨੂੰ ਆਪਾਂ ਪੱਛਮ ਕਹਿ ਦਿੰਦੇ ਹਾਂ, ਐਸ 'ਤੇ ਸਾਊਥ ਜਿਹਨੂੰ ਆਪਾਂ ਦੱਖਣ ਕਹਿ ਦਿੰਦੇ ਹਾਂਗੇ। ਪੂਰਬ ਪੱਛਮ ਉੱਤਰ ਦੱਖਣ, ਚਾਰ ਡਾਇਰੈਕਸ਼ਨ ਆਪਣੇ ਕੋਲ ਇਹ ਆ ਗਈਆਂ ਰਾਜੇ। ਚਾਰ ਇਹਦੇ ਵਿੱਚ ਸਬ ਡਾਇਰੈਕਸ਼ਨਸ ਹੁੰਦੀਆਂ ਨੇ, ਜਿਹੜੀ ਆਹ ਵਿੱਚ ਵਿਚਾਲੇ ਡਾਇਰੈਕਸ਼ਨ ਆ ਗਈ, ਜਿਹੜੀਆਂ ਦੋ ਦੇ ਵਿਚਾਲੇ ਆ ਗਏ ਉਹਨੂੰ ਦੋਨਾਂ ਦਾ ਇਕੱਠਾ ਨਾਮ ਲੈ ਦਿਓ। ਜਿਵੇਂ ਸਾਊਥ ਅਤੇ ਈਸਟ ਦੇ ਵਿਚਾਲੇ ਆਹ ਵਾਲੀ ਆ ਗਈ, ਇਹਨੂੰ ਸਾਊਥ ਈਸਟ ਬੋਲ ਦਿਆਂਗੇ। ਈਸਟ ਸਾਊਥ ਕਹਿ ਦਿਓਗੇ ਤਾਂ ਵੀ ਕੋਈ ਗਲਤ ਨਹੀਂ ਕਰਦਾ, ਬਟ ਸੁਣਨ ਦੇ ਵਿੱਚ ਨਾ ਇੱਕ ਰਿਦਮ ਗੇਜ ਨਹੀਂ ਲੱਗਦਾ, ਉਹ ਸਾਊਥ ਈਸਟ ਸੁਣਨ ਨੂੰ ਅੱਛਾ ਲੱਗਦਾ। ਨੀਚੇ ਵਾਲੇ ਅਤੇ ਉੱਪਰ ਵਾਲੇ ਦਾ ਨਾਮ ਮੂਹਰੇ ਲਿਖ ਦਿਆ ਕਰੋ, ਵਧੀਆ ਲੱਗਦਾ। ਜਿਵੇਂ ਆਹ ਆ ਗਿਆ ਨੌਰਥ ਅਤੇ ਈਸਟ ਦੇ ਵਿਚਾਲੇ ਆ, ਈਸਟ ਨੌ ਈਸਟ ਨੌਰਥ ਵੀ ਬੋਲ ਸਕਦੇ ਹੋ, ਪਰ ਚੰਗਾ ਨਹੀਂ ਲੱਗ ਰਿਹਾ, ਆਪਾਂ ਇਹਨੂੰ ਕਹਾਂਗੇ ਨੌਰਥ ਈਸਟ। ਉੱਤਰ ਪੂਰਬ ਇਸ ਤਰ੍ਹਾਂ ਕਰਕੇ ਜਿਹੜੇ ਦੋ ਨਾਮ ਇਕੱਠੇ ਲੈ ਲੈਂਦੇ ਨਾ, ਉਹ ਵਿਚਾਲੇ ਵਾਲੀ ਡਾਇਰੈਕਸ਼ਨ ਨੂੰ ਕਹਿੰਦੇ ਹੁੰਦੇ ਹੈਗੇ। ਜਿਵੇਂ ਆਪਣੇ ਨਿਊਜ਼ ਦੇ ਵਿੱਚ ਵੀ ਕਹਿੰਦੇ ਅੱਜ ਉੱਤਰ ਪੂਰਬੀ ਭਾਰਤ ਦੇ ਵਿੱਚ ਮੀਂਹ ਪਊਗਾ, ਹੈ ਨਾ, ਉਹ ਇਹ ਵਾਲੇ ਡਾਇਰੈਕਸ਼ਨਸ ਆ ਗਈਆਂ। ਸੈਂਟਰ ਵਾਲੀਆਂ ਨੇ ਜਿਹੜੀਆਂ ਸਭ ਡਾਇਰੈਕਸ਼ਨਸ ਕਹਿ ਦਿੰਦੇ ਆਪਾਂ, ਨੌਰਥ ਵੈਸਟ, ਇਹ ਆ ਗਈ ਆਪਣੇ ਕੋਲ ਸਾਊਥ ਵੈਸਟ। ਆਪਣੇ ਕੋਲ ਚਾਰ ਨਹੀਂ ਰਜੇ, ਟੋਟਲ 8 ਡਾਇਰੈਕਸ਼ਨਸ ਹੁੰਦੀਆਂ ਨੇ। ਜਦੋਂ ਵੀ ਕਿਸੇ ਡਾਇਰੈਕਸ਼ਨ ਦਾ ਜਿਹੜੇ ਨਾਮ ਲੈਣਾ ਗਾ, ਆਪਾਂ ਇੱਥੇ ਕਰਕੇ ਦੇਖਣਾ ਇਹ ਡਾਇਰੈਕਸ਼ਨ ਸਾਰਿਆਂ ਵਾਸਤੇ ਫਿਕਸ ਰਹਿਣਗੀਆਂ। ਜਿਵੇਂ ਕਿ ਕਹਿ ਰਿਹਾ ਕਿ ਮੈਨੂੰ ਕਹਿ ਰਿਹਾ ਈਸਟ ਵੱਲ ਜਾਣਾ, ਆਪਾਂ ਗ੍ਰੀਨ 'ਤੇ ਖੜ ਕੇ ਦੇਖਾਂਗੇ ਈਸਟ ਕਿੱਧਰ ਪੈਂਦਾ, ਇੱਧਰ ਨੂੰ, ਆਪਾਂ ਸਾਰੇ ਇੱਧਰ ਚੱਲ ਪਾਵਾਂਗੇ। ਮੈਨੂੰ ਕਹਿੰਦਾ ਵੈਸਟ ਵੱਲ ਜਾਣਾ, ਇੱਥੇ ਖੜ ਕੇ ਦੇਖਾਂਗੇ ਵੈਸਟ ਇੱਧਰ, ਤਾਂ ਆਪਾਂ ਇੱਧਰ ਚੱਲ ਪਾਵਾਂਗੇ। ਜਦੋਂ ਲੈਫਟ ਰਾਈਟ ਦੀ ਗੱਲ ਹੋਊਗੀ, ਉਦੋਂ ਡਾਇਰੈਕਸ਼ਨ ਜਿਹੜੀ ਹੈਗੀ ਉਹ ਫੇਸ ਦੇ ਹਿਸਾਬ ਨਾਲ ਚੇਂਜ ਹੋ ਜਾਂਦੀ ਹੈ ਰਾਜੇ। ਜੇ ਆਪਾਂ ਨੂੰ ਕਹਿੰਦਾ ਲੈਫਟ ਜਾਣਾ, ਮੈਂ ਇੱਧਰ ਜਾਊਂਗਾ, ਤੁਹਾਡਾ ਮੂਹਰ ਨੂੰ ਹੈ ਨਾ, ਤੁਸੀਂ ਇੱਧਰ ਜਾਓਗੇ, ਤੁਹਾਡਾ ਖੱਬਾ ਇੱਧਰ ਹੈ, ਮੇਰਾ ਖੱਬਾ ਇੱਧਰ ਹੈ, ਫੇਸ ਦੇ ਹਿਸਾਬ ਨਾਲ ਚੇਂਜ ਹੋ ਗਿਆ। ਲੈਫਟ ਰਾਈਟ ਫੇਸ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੁੰਦਾ, ਇਹ ਨਹੀਂ ਚੇਂਜ ਹੁੰਦੀਆਂ 8 ਡਾਇਰੈਕਸ਼ਨ। ਜੇ ਈਸਟ ਕਹਿੰਦਾ ਇੱਥੇ ਕਰਕੇ ਦੇਖਿਆ, ਇੱਧਰ ਨੂੰ ਈਸਟ ਮੇਰੇ ਵਾਸਤੇ ਵੀ ਹੈ ਅਤੇ ਤੁਹਾਡੇ ਵਾਸਤੇ ਵੀ ਹੈ, ਸਾਰਿਆਂ ਵਾਸਤੇ ਸੇਮ ਅਤੇ ਫਿਕਸ ਡਾਇਰੈਕਸ਼ਨ ਰਹਿਣਗੀਆਂ ਇਹ। ਚੇਂਜ ਕਦੋਂ ਹੁੰਦੀ ਹੁੰਦੀ ਹੈ, ਜਦੋਂ ਲੈਫਟ ਜਾਂ ਰਾਈਟ ਦੀ ਗੱਲ ਕਰੂੰ। ਹੁਣ ਆਪਾਂ ਵਾਪਸ ਆਉਣਾ ਇਸ ਕੁਐਸਚਨ 'ਤੇ, ਇਹਨੂੰ ਪੜ੍ਹਨ ਦਾ ਤਰੀਕਾ ਕੀ ਹੈਗਾ, ਇਹਨੂੰ ਪੜ੍ਹਨਾ ਕਿਵੇਂ ਆਪਾਂ, ਯਾਰ ਏ ਬੀ ਦੇ ਸਾਊਥ 'ਚ ਆ ਕਿ ਬੀ ਏ ਦੇ ਸਾਊਥ 'ਚ ਆ। ਇਹ ਰਾਜੇ ਪਜ਼ਲ ਟਾਈਪ ਕੁਐਸਚਨ ਕਹਿੰਦੇ ਇਹਨਾਂ ਨੂੰ, ਇਹ ਨਾ ਅੱਗੇ ਜਾ ਕੇ ਵੀ ਆਪਾਂ ਨੂੰ ਹਾਇਰ ਲੈਵਲ 'ਤੇ ਵੀ ਕੰਮ ਆਉਂਦੇ ਹੈਗੇ। ਪਜ਼ਲ ਦੇ ਕੁਐਸਚਨ ਨੇ ਜਿਹੜੇ, ਜਿਹਦੇ ਵਿੱਚ ਇੱਕ ਸਟੋਰੀ ਟਾਈਪ ਸਾਨੂੰ ਸੁਣਾਉਂਦਾ ਸੀ, ਉਹਦਾ ਚਾਰਟ ਤਿਆਰ ਕਰਨਾ, ਕਿਵੇਂ ਕਰਨਾ ਗਾ ਆਪਾਂ ਨੇ। ਇਹ ਸੀਟਿੰਗ ਅਰੇਂਜਮੈਂਟ ਦੇ ਵਿੱਚ ਵੀ ਅੱਗੇ ਜਾ ਕੇ ਕੰਮ ਆਉਂਦੇ, ਕੁਛ ਨਾ ਕੁਛ ਬੇਸ ਦਾ ਕੰਮ ਕਰਦੇ ਆ ਇਹ। ਚੈੱਕ ਕਰਦੇ ਆਪਾਂ ਕਿਵੇਂ ਕਰਨਾ, ਇਫ ਏ ਇਜ਼ ਟੂ ਦਾ ਸਾਊਥ ਆਫ ਬੀ, ਆਹੀ ਲਾਈਨ ਨੂੰ ਮੈਂ ਪੜ੍ਹਨ ਦਾ ਤਰੀਕਾ ਦੱਸ ਰਿਹਾ। ਜਦੋਂ ਵੀ ਰਾਜੇ ਕਿਤੇ ਵੀ ਔਫ ਲੱਗਿਆ ਹੋਇਆ ਨਾ, ਕਿਸੇ ਵੀ ਲਾਈਨ ਦੇ ਵਿੱਚ ਔਫ ਲੱਗਿਆ ਹੋਇਆ, ਤਾਂ ਇਹਨੂੰ ਪਿਛਲੇ ਪਾਸੇ ਸ਼ੁਰੂ ਕਰਿਓ ਹਮੇਸ਼ਾ। ਜਸਟ ਮੈਂ ਪੰਜਾਬੀ ਲਿਖਣ ਲੱਗਿਆ ਇਹਦੀ, ਬੀ ਦੇ ਔਫ ਦਾ ਮਤਲਬ ਨਾ ਦੇ ਦਾ
आ दा वगैरह नूं छड्ड लिया करो, कोई दिक्कत वाली गल नहीं। टू नू जा वल इज है, जस्ट पंजाबी लिख रहा था जी, कुछ भी नहीं। बी दे दक्षण नूं है ए, बी दे दक्षण वल ए है, जानी कि आपां किवें करना ना, एक पॉइंट ला लेना इस तरह करके, इहनूं बी मन लिया मैं, बी दे दक्षण वल। इत्थे ना कन्फ्यूजन ए हुंदी आ पहली लाइन पढ़ के, इफ ए इज टू द साउथ ऑफ बी, यार ए बी दे साउथ च कि बी ए दे साउथ च, ये ध्यान च रखना। जिहड़ा भी ऑफ वाला क्वेश्चन होया उहनूं पिछले पासे शुरू करियो पढ़ना, बी दे जा बी दा, थोड़ा सारा क्वेश्चन सॉल्व हो जाऊगा, कुछ भी नहीं रहना। हम चेक करिए इतने, अपना बी दे साउथ च, बी दे दक्षण च हैगा ए, कहिंदा आ लाइन ए कहिंदी है बी दे दक्षण च, आ बी ला लिया अपने, दक्षण किधर नूं आ, इत्थे करके देखो डायरेक्शन च, दक्षण हैगा हेठां नूं, साउथ हैगा हेठां नूं, बी दे साउथ च। अंदाजे नाल मैं एक लाइन मारती, उहदा नाम ए रखता इस पॉइंट दा नाम, ए इज टू द साउथ ऑफ बी, बी दे साउथ च कौन है ए, एंड सी इज टू द ईस्ट ऑफ बी, बी दे ईस्ट च, बी आ सी करे जी, ईस्ट किधर नूं पैंदा उधर नूं, कौन हैगा सी हैगा। इतों जिदी की लाइन ए वाले पासे नूं मारी सी, अंदाजे नाल ओडी की लाइन ही इधर नूं रख लियो, कोई मिनती करन दी लोड़ नहीं हैगी आपां नूं, इहनूं मन लिया आपणे सी पॉइंट। इहने जिवें जिवें सानूं कहा सी उवें उवें पॉइंट रखते, एक चार्ट तैयार हो गया, इस चार्ट तों आपणे आंसर देने हैगे की क्वेश्चन पुट कर रहा है आपां नूं, इन वट डायरेक्शन इज ए विद रिस्पैक्ट टू सी। इतने ना वीडियो में पॉज करके एक बार चैक करो अपना क्वेश्चन की पूछ रहा, तुसी आंसर की दिने हो, मैं ऑप्शन नहीं दी है। सी तो ए पूछ रहा अपन कि ए तो सी पूछ रहा है, ये चीज़ चैक करनी है अपन, कहता इन विच डायरेक्शन ए विद रिस्पैक्ट टू सी, सी तो ए किधर नूं पैंदा, कहता सी आगा अपने को आगा सी तो ए देखिए आप, जे सी नूं पुछिए भी ए किधर, ए अपन इधर नूं इशारा करूगा इधर नूं। हुण आपां इत्थे डायरेक्शन देखिए कि डायरेक्शन बन गई साउथ वैसट, सी तो जिहड़ा ए हैगा ये किधर नूं आउंदा राजे, साउथ वैसट वल नूं आउंदा, साउथ वैसट आंसर है साडा। जे ए तो सी पुछिया हुंदा इत्थे खड़ के आपां सी वल देखणा सीगा, फिर जाणी साडी निगाह इधर नूं टेढ़ी, ते इधर नूं टेढ़ी किहड़ी डायरेक्शन बनदी है नॉर्थ ईस्ट, फिर साडा आंसर इत्थों आउणा सीगा नॉर्थ ईस्ट। उहदे पुछे हुए क्वेश्चन ते ध्यान रखना, आपां ने इत्थे बच्चे कन्फ्यूज हुंदे आ, जमां सेम एक कॉपी इहदी डिटो सैकेंड एग्जाम्पल लैके चल रहे हैं, इतने वीडियो में पॉज करके ना पहले सॉल्व करके देखो, वो नाल दी हुई है पहले नाल दी है। हुण इह च की कहिंदा गा, इफ ए इज टू द 40 मीटर, इफ ए इज 40 मीटर साउथ वैसट ऑफ बी, इहनूं उवें ही पढ़ना गा जिवें मैं ऑफ वाली लाइन नूं पढ़ना सिखाया सीगा, भी जिहड़ी ऑफ वाली लाइन है, ऑफ दा मतलब मान लो दा दे जां दी, पिछले पासे शुरू करनी है हमेशा, जे समझना चाहुंदे हो तां बी, जस्ट पंजाबी लिखण लग्गिया मैं, बी दे साउथ वैसट नूं है 40 मीटर है ए, बी दे साउथ वैसट च, तां आपां की करना गा एक पॉइंट लाउणा जिहदा नाम आपां ने बी रख लिया, आ बी पॉइंट है, आ बी पॉइंट है, इहदे कहिंदा साउथ वैसट च, बी दे साउथ वैसट च 40 मीटर ते ए हैगा, 40 मीटर मिलण की लोड़ नहीं हैगी आपां नूं, पहले तो इत्थों साउथ वैसट चैक करो भी कित्थे पैंदा हैगा, आ डायरेक्शन है साउथ वैसट की, देखो विचारे करके देखिए साउथ वैसट किधर है, इधर नूं, बी तो इधर नूं टेढ़ा 40 मीटर ते ए है, कहिंदा जानी कि इत्थे ए है, इहनूं मैं 40 मान लिया, कोई मिनती करन की लोड़ नहीं गी, वैसे एक आपां ने 40 मान लिया। बी दे साउथ वैसट दे विच ए है, दैन अगली लाइन की कहती है सी इज 40 मीटर साउथ ईस्ट ऑफ बी, बी दे साउथ ईस्ट च 40 मीटर ते सी है, यानी कि जिनी आ लाइन मारी सी ना 40 मीटर इधर नूं मार के देखो साउथ ईस्ट इधर नूं बन गया, इत्थे कौन आ कहिंदा सी है, जिदी लाइन आ सी ओडियो आ सी, 40 मीटर दसण दा रीजन ही इह है, होर कितें कम नहीं आउंदा साडे, दूरी कितें भी कम नहीं आ रही इहदे च, सिर्फ डायरेक्शन का कम है इस क्वेश्चन के। हुण की है इहने जिहड़ा चार्ट बनाउण नूं कहा, जिवें जिवें गल्लां कही गए असीं इत्थे नोट करिए, इहदा ना पहला रूल ही इह हुंदा, चार्ट वाला कोई भी क्वेश्चन आ जाए रीजनिंग दे विच तुहानूं स्टैप बाय स्टैप, पहला रूल की है एक लाइन पढ़ ली शाबती, दूसरी लाइन पढ़ ली फिर शाबती, कहने का मतलब की है चार्ट तैयार करना, एक एक लाइन पढ़ के, कोई भी लाइन यही नहीं होनी चाहिए आप पढ़ के यार गांह जाके देखा कोई नहीं जुड़ जूगी, नहीं अगे जाके थोड़ा सारा चार्ट खराब कर दूंगी, वो ये पहला रूल आया था जिसे भी चार्ट बनना ना, चार्ट वाले क्वेश्चन च एक एक लाइन पढ़ी चलो, नाल नाल दा चार्ट तैयार करी चलो, कोई भी लाइन फालतू नहीं देगा आपां नूं। हुण अपने कोले आ चार्ट तैयार हो गया, इहदे च पुछे हुए क्वेश्चन दा आंसर देना अपने, हुण इत्थे वीडियो पॉज करके चैक कर लो क्वेश्चन की है, इन विच डायरेक्शन ऑफ ए, सॉरी इत्थों सुनो सी इज इन विच डायरेक्शन ऑफ ए, की क्वेश्चन की बनता है, ए तो सी किधर नूं आ कि सी तो ए किधर नूं आ, विच डायरेक्शन ऑफ ए, ए दे
किस डायरेक्शन किस दिशा विच है सी, पिछले पास शुरू कोई ऑफ वाला सी ना, ए दे केड़ी डायरेक्शन च, ए तो सी किधर नु है ये पूछ रहा है, ए दे केड़ी डायरेक्शन च सी है, जे ए नु जाके पूछिए आपा सी किधर है, ए आपा नु की इशारा करूगा, इधर है जी इधरले पासे, इधरले पासे केड़ी डायरेक्शन आ गई ईस्ट, तो साडा आंसर होगा ईस्ट। जे सी तो ए पूछ लेंदा तो तुहाडा आंसर की होना सीगा, सी दे करके देखिए ए है इधर नु, मेरे वल नु केड़ी डायरेक्शन पैंदी है वेस्ट, तो साडा आंसर वेस्ट होना सी। ओके यह दो क्वेश्चन सी राजे, ये ना सू शीट्स के क्वेश्चन देवे जिद चार्ट बनते हैं, स्पैशली तैयार कर रहे हैं पटवारी पेपर के आए हुए क्वेश्चन ने ये नाल जिद चार्ट तैयार होंगे, ये मिलता जुलता ना एक टॉपिक मैं और करवा, टॉपिक नहीं टॉपिक तो यही है ये थोड़े को ना सत्त टाइप्स होनगे अगे निके निके जिमें एक टाइप आ होगी, दो पिछले लैक्चर के भी करवा के हटे हैं, अलग अलग तरह दियाँ छे सत्त तो भी उपर टाइप्स अपने मन के चलो भी रहा है। एक मैं कि क्लीयर करके चला थोनों एक क्वेश्चन आते हैं कि बड़े इंपोर्टेंट ने, दो अपन शहर के नाम दे दिता, कह दिता एक ए शहर है जां बसों के नाम देते कुछ भी, एक बी है, दोनों के विचाले एक सीधी सड़क है 200 किलोमीटर की, मैं क्वेश्चन बोली भी जाना ना, एक कोलों एग्जाम्पल पा के दिना गा, ये नाल के क्वेश्चन तो शीट्स के मिलेंगे, इन्हें सॉल्व क्यों करना, कहना ए ते बी दो शहर ने जा दो बसेस ने जा दो बंदे ने एक दूजे वाल चल पे, उन्होंने विचाले इन्नी जी है दूरी है, आ सारी लाइन आ सारी सड़क 200 किलोमीटर की है, कहना जा बसेस ला लो, एक बस ए है एक बस बी, कहना बस ए 25 किलोमीटर जाने तो बाद अंदाजे ना मैं इतने आज 200 किलोमीटर की है, इतने आप 100 मान लिया भी अद्ध जहा मान लो, वैसे ही रफ जहा कोई दिक्कत वाली गल नहीं, आप मिनती मुनती कुछ नहीं करनी, ए तो की कहना जी बस ए सी ना 25 किलोमीटर चली गई, लो जी 25 किलोमीटर चली गई बस ए इतों चली जी, फिर कहना वह सज्जे मुड़ी 20 किलोमीटर, हूँ इधर जाती है ना, पहले देखो भी सज्जा किधर बनूंगा, जो दसिया भी सज्जा तो खब्बे की गल करो ना, आपका मुँह घुमा के देख लेना आप, क्योंकि लैफ्ट राइट जो चेंज हों रहा हूँ, सज्जा खब्बा बदलता रहना हूँ, हूँ इधर मुँह सगा बस ए का, इधर जा रही थी 25 किलोमीटर चली गई, सज्जे मुड़ के कहना 20 किलोमीटर चली गई, कोई मिनती करने की लड़ नहीं, अंदाजे इधर सज्जा बनता वह अंदाजे भी लिखता से भी 20 किलोमीटर हो गया, फिर कहना खब्बे मुड़ गई, हूँ इधर जाते खब्बा बनूंगा इधरली साइड लैफ्ट साइड 25 किलोमीटर होर चली गई एवं, फिर मेन सड़क पर चली गई, कहना जाने कि इतों मुड़ूगी तो मेन सड़क पर आ ही जाऊगी, ये बराबर रहूगी ये 20-20 की लेंथ है ना, हूँ जी आगी ये 25 होगी, जे मैं इतों तक आ सड़क की गल करके देखा, अच्छा हूँ की कहना एक सैकंड, उस तो बाद की है कहता जी बस बी है, जी बस बी है उन्हें भी उन्ना ही डिस्टेंस कवर किया जिन्ना ए ने किया, बट वो आई सीधी है कोई ब्रेक नहीं कुछ नहीं, सीधी उन्हें कवर की है, किन्नी सड़क कवर की है जिनी बस ए ने की है, हूँ पहले ये देखिए आप बस ए कि कवर कर गई, बस ए पहुँच चुकी है इतने, टोटल इन्हें कि कवर कर लिया, कि चल गई है 25 70 हो गए 70 90, टोटल जी बस अपने को सी ए चलते 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 चलती इतों तक आके 90 किलोमीटर की जी है टोटल चली हैगी, बस जी बस बी है वह भी उन्ना ही चली है कहना जिन्ना बस ए चली है, पर आई सीधी है, हूँ आ देखिए आप इतों तक ना 100 100 मनी से आप 200 किलोमीटर की सारी सड़क सी अपने को अद्ध जहा मान लिया भी 100 इधर है 100 इधर है, हूँ जी बस बी है ये 90 चल गई, 90 चल गई मतलब अप्रोक्सीमेट एक आइडिया के नाल इतों जे तक पहुँच गई बिना मिनती वगैरह तो बस बी पहुँच गई इतने जी, ये कहना मैं दसो बस ए ते बी दे विचाले डिस्टेंस कितना गा दूरी कितनी है जी, मेन क्वेश्चन ये है जानी कि इतों लैके ए विचाले वाली आह दूरी दसनी आप कितनी रह गई, टोटल सड़क अपने को 200 किलोमीटर से इतने वीडियो में पॉज करके ना इन चैक करके देखियो तुहाडे हिसाब नाल उत्थों मार के किवें कढ सकदे आप की आंसर आ रहा है, छोटी जी बरीकी है बस ये होर कुछ नहीं, छोटा जी कंसैप्ट है वो आप क्लीयर कर देंगे, इतने वीडियो पॉज करके एक बार सॉल्व करके देखना फिर चैक रखिए जो कोई फर्क रह गया अपना फर्क कितने जा रहा है, मैं ताइए जी कोई ऑप्शन नहीं देकर चलिया कोलों ही पा के चलिया वास्ते क्वेश्चन, हूँ ये निगाह मारी आप जी आ सारी सड़क सी अपने को 200 किलोमीटर की सी जिद 90 तक कवर करती है इन्हें बस बी ने, जी बस ए ने सड़क कवर की है इतों लैके इतों तक ये 90 नहीं हैगी, 90 तो यह चली है चैक करिए माड़ा जहा 25 तो इन्हें आ कटती देखो फिर 20 हेठा चली गई 25 इधर जाने की आह 25 की गल करिए 25 आह
25 ਆ ਇਹ 50 ਕਿਲੋਮੀਟਰ ਬਣੀ ਮੇਨ ਸੜਕ ਦੀ ਕਵਰੇਜ ਆ ਜਿਹੜੀ 20 ਉੱਪਰ ਜਾਣ ਤੇ 20 ਹੇਠਾਂ ਆਉਣਾ ਨਾ ਇਹ ਕਿਸੇ ਚ ਕੰਸੀਡਰ ਨਹੀਂ ਹੁੰਦੀ ਗਿਣਤੀ ਚ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਕਿਉਂਕਿ ਜੇ ਟੋਟਲ ਚੱਲੀ ਦਿਖਾਉਣੀ ਸੀ ਫਿਰ ਤਾਂ ਠੀਕ ਆ ਕੰਮ ਚ ਸੀਗੀ ਸਾਡੇ ਹੁਣ ਆਪਾਂ ਨੇ ਨਾ ਡਿਸਟੈਂਸ ਦਿਖਾਉਣਾਗਾ ਵੀ ਬਸ ਏ ਤੇ ਬੀ ਦੇ ਵਿਚਾਲੇ ਆ ਕਿੰਨਾ ਡਿਸਟੈਂਸ ਰਹਿ ਗਿਆ ਤੇ ਟੋਟਲ ਸੜਕ ਆਪਣੇ ਕੋਲੇ 200 ਕਿਲੋਮੀਟਰ ਦੀ ਆ 90 ਇਹਨੇ ਕੱਟਤੀ ਹੁਣ ਆਪਾਂ ਚੈੱਕ ਕਰੀਏ ਤਾਂ ਇਸ ਬੱਸ ਨੇ 50 ਕਿਲੋਮੀਟਰ ਸੜਕ ਕਵਰ ਕਰਤੀ ਬੱਸ ਏ ਨੇ ਜਿਹੜੀ ਮੇਨ ਸੜਕ ਕਵਰ ਕੀਤੀ ਹੈ ਉਹ 50 ਹੀ ਕੀਤੀ ਹੈ ਚੱਲੀ ਭਾਵੇਂ 90 ਇਹ ਚੱਲ ਭਾਵੇਂ 90 ਗਈ ਪਰ ਜਿਹੜੀ ਮੇਨ ਸੜਕ ਦੀ ਕਵਰੇਜ ਹੈ ਨਾ ਉਹ ਸਿਰਫ 50 ਹੋਈ ਹੈ ਕਿਉਂਕਿ 25 ਆਹ ਤੇ 25 ਆਹ 50 ਇਹਦੀ ਹੋ ਗਈ 90 ਇਹਦੀ ਹੋ ਗਈ ਟੋਟਲ ਦੋਨਾਂ ਨੇ ਰਲ ਕੇ ਕਿੰਨੀ ਕਵਰ ਕਰਤੀ 140 ਤੇ ਟੋਟਲ ਸੜਕ ਆਪਣੇ ਕੋਲ ਕਿੰਨੀ ਸੀਗੀ 200 ਦੀ ਸਾਰੀ ਸੜਕ ਸੀਗੀ 140 ਇਹਨਾਂ ਦੋਨਾਂ ਨੇ ਕਵਰ ਕਰਤੀ ਬਾਕੀ ਜਿਹੜੀ ਵਿਚਾਲੇ ਰਹਿ ਗਈ ਆਪਣੇ ਕੋਲ ਇਹ ਰਹਿ ਗਈ 60 ਤਾਂ 60 ਸਾਡਾ ਆਨਸਰ ਹੈ ਆਹ ਕਨਸੈਪਟ ਸੀਗਾ ਰਾਜੇ ਬਰੀਕੀ ਵਾਲੇ ਦਾ ਇਹਦੇ 'ਚ ਧਿਆਨ ਰੱਖਿਓ ਇਹਦੇ ਨਾਲ 3-4 ਕੁਐਸਚਨ ਤੁਹਾਨੂੰ ਸ਼ੀਟ ਦੇ ਵਿੱਚ ਮਿਲਣਗੇ ਹੋਪ ਤੁਹਾਨੂੰ ਸਮਝ ਆਇਆ ਹੋਊਗਾ ਰਾਜੇ ਇਸ ਤੋਂ ਅਗਲੇ ਜਿਹੜੇ ਹੈਗੇ ਆ ਨਾ ਜੋ ਪਾਰਟਸ ਬਣਾ ਬਣਾ ਕੇ ਅਸੀਂ ਟਰਾਈ ਕਰ ਰਹੇ ਹਾਂ ਕਿ ਵੀਡੀਓਜ਼ ਨੂੰ ਥੋੜ੍ਹਾ ਛੋਟਾ ਰੱਖਿਆ ਜਾਵੇ 15-20 ਮਿੰਟ ਦੇ ਵਿੱਚ ਮੈਕਸੀਮਮ ਕਵਰ ਕਰਨ ਦੀ ਟਰਾਈ ਕੀਤੀ ਜਾ ਰਹੀ ਹੈਗੀ 8-20 ਮਿੰਟ ਦੇ ਵਿੱਚ ਦੇ ਲੈਕਚਰ ਰੱਖੇ ਜਾ ਰਹੇ ਹੈਗੇ ਇੱਕ ਟਰਾਈ ਕੀ ਰਹੂਗੀ ਤੁਸੀਂ 5-10 ਸੈਕਿੰਡ ਦੇ ਵਿੱਚ ਤੁਹਾਡਾ ਹਰ ਇੱਕ ਕੁਐਸਚਨ ਸੋਲਵ ਹੋਵੇ ਰੀਜ਼ਨਿੰਗ ਦਾ ਮੇਨ ਆਪਣਾ ਪਰਪਜ਼ ਇਹ ਰਹੂਗਾ ਸੋ ਵੀਰੋ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਆਪਣਾ ਮਾਈਲਸਟੋਨ ਆਨਲਾਈਨ ਸਟੱਡੀ ਦੇ ਨਾਮ ਤੇ ਜੋ YouTube ਚੈਨਲ ਬਣਿਆ ਹੋਇਆ ਉਹਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੋ ਮਚ